ਪੰਜਾਬ ਗ੍ਰਾਮੀਣ ਬੈਂਕ ਤੀਂਗ ਨਗਰ ਚ SCI ਜਾਗਰੂਕ ਕੈਂਪ ਲਗਾਇਆ ਗਿਆ। ਇਸ ਮੌਕੇ ਬੈਂਕ ਦੇ ਮੈਨੇਜਰ ਸੋਨੀਆ ਸਹਿਗਲ ਨੇ ਬੈਂਕ ਦੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਨਿਰਮਲ ਸਿੰਘ ਸਰਪੰਚ ਨਗਰ, ਚਰਨਜੀਤ ਸਿੰਘ ਸਾਬਕਾ ਪੰਚ, ਕੁਲਦੀਪ ਕੈਲੇ, ਜਸਵੀਰ ਸਿੰਘ ਖੱਖ, ਤਰਸੇਮ ਸਿੰਘ ਤੇ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਸ਼ਾਹ ਨਿਊਜ਼ ਤੋਂ ਕੈਮਰਾਮੈਨ ਡਿੰਪਲ ਦੇ ਨਾਲ ਅਜੇ ਸਿੰਘ ਨਾਗੀ ਦੀ ਰਿਪੋਰਟ। ਸਰ, ਮੇਰਾ ਨਾਮ ਹੈ ਸੋਨੀਆ ਸਹਿਗਲ। ਮੈਂ ਪੰਜਾਬ ਗ੍ਰਾਮੀਣ ਬੈਂਕ ਤੇਂਗ ਬ੍ਰਾਂਚ ਤੋਂ ਆਈ ਹਾਂ। ਮੈਂ ਉੱਥੇ ਐਜ਼ ਅ ਮੈਨੇਜਰ ਪੋਸਟਡ ਹਾਂ ਅਤੇ ਅਸੀਂ ਇੱਥੇ ਨਗਰ ਦੇ ਵਿੱਚ ਇੱਕ FLC ਕੈਂਪ, ਜਿਹੜਾ ਫਾਈਨੈਂਸ਼ੀਅਲ ਲਿਟਰੇਸੀ ਕੈਂਪ ਲਗਾਇਆ ਸੀਗਾ, ਜਿਹਦੇ ਵਿੱਚ ਅਸੀਂ ਬੈਂਕ ਦੀ ਸਕੀਮਾਂ, ਚਾਹੇ ਡਿਪੋਜ਼ਿਟ ਸਕੀਮਾਂ, ਐਡਵਾਂਸ ਸਕੀਮਾਂ ਜਾਂ ਇੰਸ਼ੋਰੈਂਸ ਹੀ ਬੈਂਕ ਜਿਹੜੀਆਂ ਕਰਦਾ, ਉਹ ਸਕੀਮਾਂ ਬਾਰੇ ਆਪਾਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਸਾਡੇ ਨਾਲ ਤੁਸੀਂ ਅਕਾਊਂਟ ਖੁਲਾਓ ਅਤੇ ਇਹਦੇ ਨਾਲ ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਵਿੱਤੀ ਸਹਾਇਤਾ ਕਰਾਂਗੇ। ਸਾਡੇ ਬੈਂਕ ਦਾ ਤਾਂ ਮੋਟਿਵ ਹੀ ਜਿਹੜਾ ਪਿਛੜਾ ਵਰਗ ਹੈ ਉਹਨੂੰ ਅੱਗੇ ਲੈ ਕੇ ਆਉਂਦਾ, ਚਾਹੇ ਉਹ ਰੂਰਲ ਸੈਕਟਰ ਹੈ, ਚਾਹੇ ਉਹ ਜਾਤੀ ਵਾਲੇ ਲੋਕ ਹੈ, ਜਿਨ੍ਹਾਂ ਨੂੰ ਆਪਾਂ ਚਾਹੁੰਦੇ ਹਾਂ ਕਿ ਅੱਗੇ ਆ ਕੇ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇ ਸਕਣ। ਅਤੇ ਅਸੀਂ ਇਸੇ ਕਰਕੇ ਇਹ ਫਾਈਨੈਂਸ਼ੀਅਲ ਲਿਟਰੇਸੀ ਕੈਂਪ ਲਗਾਈਦੇ ਨੇ ਤਾਂ ਕਿ ਉਹ ਸਾਰੀ ਬੈਂਕ ਸਕੀਮਾਂ ਬਾਰੇ ਉਹਨਾਂ ਨੂੰ ਪਤਾ ਹੋਵੇ ਤਾਂ ਕਿ ਜਦੋਂ ਕੋਈ ਉਹਨਾਂ ਨੂੰ ਜ਼ਰੂਰਤ ਪਵੇ ਉਹ ਕਿਸੇ ਦੇ ਵੀ ਮੁਹਤਾਜ ਨਾ ਹੋਣ, ਸਿੱਧਾ ਜਾ ਕੇ ਬੈਂਕ ਤੋਂ ਮਦਦ ਲੈ ਸਕਣ। ਸ਼ੁਕਰੀਆ। 10-15 ਲੋਨ ਤਾਂ ਮੈਂ ਕਰਵਾਏ ਆ ਆਪਣੀ ਮਾਰਕੀਟ ਦੇ ਵਿੱਚ ਵੀ ਕਰਵਾਏ, ਇਹਨਾਂ ਦੇ 5-6 ਲੋਨ ਤਕਰੀਬਨ ਟੈਸਟਾਂ ਸਾਰੀ ਮਾਰਕੀਟ ਵਾਲੇ ਮੋਹ ਰਹੇ ਆ, ਅਜੀਬ ਨਹੀਂ ਬੈਠੇ ਇਹਨਾਂ ਦਾ ਕਰਾਇਆ ਆ, ਤਾਂ ਬਹੁਤ ਵਧੀਆ ਘੱਟ ਵਿਆਜ 'ਤੇ ਬਹੁਤ ਵਧੀਆ ਬੈਂਕ ਹੈ।